फाजिलका के संजीवनी अस्पताल में नवजात बच्चे की मौत के मामले में डॉक्टर अंकिता जसूजा के खिलाफ आईपीसी की धारा 304A के तहत मुकदमा दर्ज कर लिया गया है। लेकिन क्या इतना ही काफी है? गांव सतीरवाला की उषा रानी के बच्चे की मौत ने एक बार फिर से सरकारी और निजी अस्पतालों के गठजोड़ की कलाई खोल दी है। सरकार के दावों के बावजूद आखिर क्यों सरकारी अस्पताल प्रसूता महिलाओं को प्राइवेट का रास्ता दिखा देते हैं और प्राइवेट डॉक्टर क्यों इतने सेंसिटिव केस लापरवाही से हैंडल करते हैं? एक नवजात की लाश हमारे सिस्टम से इंसाफ की मांग कर रही है। पूरा घटनाक्रम जानने के लिए आइए कुछ साउंड बाइट्स सुन लेते हैं। पूरी घटना के बारे में कृपया अपनी राय भी कमेंट बॉक्स में दर्ज करा दें। लापरवाही कारण साढ़े बच्चे मार दिता गया। संजीवनी हॉस्पिटल अंकिता जसूजा उन्होंने कहा कि ये हॉस्पिटल बंद है, तुसी प्राइवेट ले जाओ। ਉਹਨੂੰ ਪਹਿਲਾਂ ਫੋਨ ਨਹੀਂ ਕੀਤਾ, ਬਾਅਦ ਵਿੱਚ ਕੀਤਾ ਨੇ, ਉਹਨਾਂ ਲਾਪਰਵਾਹੀ ਕਾਰਨ ਆਏ ਨਹੀਂ। ਪੇਸ਼ੈਂਟ ਕੱਲ੍ਹ 9 ਵਜੇ ਲੈ ਕੇ ਆਈ ਸੀ ਮੈਂ ਸਿਵਲ ਹੋਸਪਿਟਲ ਫਾਜ਼ਿਲਕਾ। ਡਾਕਟਰ ਵਿਧੂ ਸੀ ਨੇ ਚੈੱਕ ਕੀਤਾ ਸੀ ਵੀ ਡਿਲੀਵਰੀ ਹੋਣੀ ਨਹੀਂ ਹੋਣੀ, ਕੱਲ੍ਹ ਸ਼ਾਮ ਤੱਕ ਹੋਏਗੀ, ਸ਼ਾਮ ਤੱਕ ਰਾਤ ਤੱਕ ਹੋਏਗੀ। ਫਿਰ ਇਹਨੂੰ ਸ਼ਾਮ ਨੂੰ 5 ਵਜੇ 4:30-5 ਵਜੇ ਦਰਦਾਂ ਤੇਜ਼ ਹੋ ਗਈਆਂ। ਅਸੀਂ ਪੇਸ਼ੈਂਟ ਨੂੰ ਘਰੇ ਲੈ ਗਏ, ਇਹਨਾਂ ਨੇ ਮੈਨੂੰ ਬੁਲਾਇਆ, ਮੈਂ ਜਾ ਕੇ ਵੇਖਿਆ। ਮੈਂ ਕਿਹਾ 11-12 ਵਜੇ ਤੱਕ ਡਿਲੀਵਰੀ ਹੋ ਜਾਏਗੀ, ਰਾਤ ਨਹੀਂ ਕੱਢਣੀ। ਪੇਸ਼ੈਂਟ ਦੇ ਨਾਲ ਦਿਆਂ ਨੇ ਕਿਹਾ ਕਹਿੰਦਾ ਆਪਾਂ ਚੱਲੀਏ ਹੋਸਪਿਟਲ। ਮੈਂ ਕਿਹਾ ਚਲੋ। ਅਸੀਂ ਰਾਤੀ ਸਰਕਾਰੀ ਹੋਸਪਿਟਲ ਲੈ ਕੇ ਆਏ, ਉੱਥੇ ਕਿਹਾ ਵੀ ਸਾਡੇ ਕੋਲ ਗਾਇਨਿਕ ਡਾਕਟਰ ਨਹੀਂ ਹੈਗੇ ਆ, ਅਤੇ 3 ਵਜੇ ਤੱਕ ਡਿਲੀਵਰੀ ਹੋਵੇਗੀ, ਅਤੇ ਜੇ ਹੋਣ ਦੇ ਟਾਈਮ ਕੋਈ ਪ੍ਰੋਬਲਮ ਹੋ ਗਈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਅਸੀਂ ਡਾਕਟਰ ਅੰਕਿਤਾ ਦੇ ਲਏ, ਡਾਕਟਰ ਅੰਕਿਤਾ ਨੇ ਸਟਾਫ ਨੇ ਵੇਖ ਕੇ ਅਤੇ ਦਾਖਲ ਕਰ ਲਿਆ, ਡਾਕਟਰ ਅੰਕਿਤਾ ਨਹੀਂ ਆਏ। ਅਤੇ ਬੱਚੇ ਦਾ ਮੈਂਬਰ ਰੈਪਚਰ ਕੀਤੀ, ਉਦੋਂ ਮਕੋਨੀਅਮ ਨਿਕਲਿਆ ਹੋਇਆ ਸੀ, ਤਾਂ ਵੀ ਪੇਸ਼ੈਂਟ ਨੂੰ ਮੋਟੀਵੇਟ ਨਹੀਂ ਕੀਤਾ, ਡਾਕਟਰ ਸਾਹਿਬ ਆਏ ਨਹੀਂ। ਅਸੀਂ ਰਾਤ 8 ਵਜੇ ਜੀ ਆਪਣੇ ਇੱਥੋਂ ਆਪਣੀ ਮਸ਼ੀਨ ਲਿਆਏ ਸੀ, ਪ੍ਰੈਗਨੈਂਸੀ ਜੀ ਡਿਲੀਵਰੀ ਹੋਣੀ ਸੀ, ਦਿਖਾਇਆ ਡਾਕਟਰ ਸਾਹਿਬ ਨੂੰ। ਡਾਕਟਰ ਸਾਹਿਬ ਕਹਿੰਦੇ ਜੀ 11 ਵਜੇ ਕਰੀਬ ਹੋ ਜੂਗੀ ਜੀ ਡਿਲੀਵਰੀ, ਅਤੇ ਆਪਾਂ ਤੁਹਾਨੂੰ ਐਡਮਿਟ ਕਰ ਲੈਂਦੇ ਜੀ। ਉਹਨਾਂ ਐਡਮਿਟ ਕਰ ਲਿਆ ਜੀ, 10 ਵਜੇ ਤੱਕ ਅਸੀਂ ਉਹਨਾਂ ਦੀ ਵੇਟ ਕਰੀ, ਨਹੀਂ ਆਏ ਗਏ। ਉਸ ਤੋਂ ਬਾਅਦ ਅਸੀਂ ਜੋ ਵੱਲ ਸਿੱਖਦੀਆਂ ਸੀਗੀਆਂ ਉਹਨਾਂ ਕਿਹਾ ਵੀ ਇਸ ਤਰ੍ਹਾਂ ਵੀ ਸਾਡੀ ਮਿਸਿਜ ਨੂੰ ਜ਼ਿਆਦਾ ਵੀ ਤਕਲੀਫ ਹੈਗੀ ਹੈ, ਤੁਸੀਂ ਡਾਕਟਰ ਸਾਹਿਬ ਨੂੰ ਬੁਲਾਓ। ਉਹ ਕਹਿੰਦੀ ਹੈ ਕੋਈ ਗੱਲ ਨਹੀਂ, ਅਸੀਂ ਬੁਲਾ ਲੈਂਦੇ ਹਾਂ ਜੀ, ਬੁਲਾ ਲੈਂਦੇ ਹਾਂ। ਇਸ ਤਰ੍ਹਾਂ ਕਰਦੇ ਘੰਟਾ ਡੇਢ ਹੋ ਗਿਆ ਜੀ, ਨਹੀਂ ਉਹਨਾਂ ਬੁਲਾਇਆ। ਉਸ ਤੋਂ ਬਾਅਦ ਕੁਛ ਦੇਰ ਬਾਅਦ ਜਿਹੜੇ ਸਾਡੇ ਨਾਲ ਆਸ਼ਾ ਵਰਕਰ ਆਏ ਸੀਗੇ ਜੀ, ਉਹ ਕੁਛ ਉਸ ਬਾਰੇ ਜਾਣਦੇ ਸੀਗੇ, ਅਤੇ ਉਹਨਾਂ ਨੇ ਜੀ ਜੋ ਕੁਛ ਕੀਤੀ ਹੈਲਪ ਉਹ ਆਪ ਇਕੱਲੇ ਕੀਤੀ ਹੈ ਜੀ। ਉਹਨਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਵੀ ਡਿਲੀਵਰੀ ਹੋਣ ਵਾਲੀ ਹੈ, ਅਤੇ ਤੁਸੀਂ ਡਾਕਟਰ ਸਾਹਿਬ ਨੂੰ ਬੁਲਾਓ, ਤਾਂ ਉਹ ਡਾਕਟਰ ਸਾਹਿਬ ਨਹੀਂ ਆਏਗੇ ਜੀ। ਉਸ ਤੋਂ ਬਾਅਦ ਬੱਚੇ ਦਾ ਕੁਛ ਬਾਹਰ ਹਿੱਸਾ ਆ ਗਿਆ ਜੀ, ਪਰ ਉਹਨਾਂ ਨੇ ਕਿਹਾ ਵੀ ਇੱਥੇ ਡਿਲੀਵਰੀ ਹੋ ਜਾਏਗੀ। ਉਹ ਕਦੀ ਚੱਕਦੇ ਇੱਧਰ ਲੈ ਗਏ ਜੀ, ਕਦੀ ਇੱਧਰ ਲੈ ਗਏ, ਜਿਸ ਕਰਕੇ ਬੱਚੇ ਦਾ ਜੀ ਦਮ ਘੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਜੀ। ਅੰਕਿਤ ਜਸੂਜਾ ਜੋ ਹੈਗੀ ਹੈ ਉਹ ਸੁਬਹਾ ਰਾਤ ਦੇ 8 ਵਜੇ ਇੱਕ ਵਾਰੀ ਦੇਖ ਬਾਅਦ ਸੁਬਹਾ ਦੇ ਤਕਰੀਬਨ ਹੁਣ ਇਸ ਟਾਈਮ 12:30 ਦਾ ਟਾਈਮ ਹੈ ਜੀ, ਹੁਣ ਆਏ ਆ ਜੀ। ਰਾਤ ਨੂੰ ਉਹਨਾਂ ਨੇ ਇਹ ਨਹੀਂ ਪਤਾ ਲਿਆ ਵੀ ਉਹਨਾਂ ਦੇ ਬੱਚੇ ਦਾ ਚਲੋ ਡੈਥ ਹੋ ਗਈ ਤੱਕ ਜੋ ਹੈ, ਪਰ ਉਹਨਾਂ ਨੇ ਪੇਸ਼ੈਂਟ ਨੂੰ ਬਿਲਕੁਲ ਵੇਖਣ ਹੀ ਨਹੀਂ ਆਏ ਜੀ। ਇਹ ਜੀ ਨਵਾਂ ਨਹੀਂ ਹੋਏਗਾ, ਮੈਨੂੰ ਜਿੱਥੋਂ ਤੱਕ ਹੋਇਆ ਮੈਂ ਰਿਹਾ ਆਖਰੀ ਸਾਹ ਤੱਕ ਮੈਂ ਆਪਣਾ ਇਨਸਾਫ ਬੱਚੇ ਨੂੰ ਜ਼ਰੂਰ ਦਵਾਵਾਂਗਾ ਜੀ, ਜੋ ਮਰਜ਼ੀ ਹੋ ਜਾਏ ਜੀ। ਇਨਸਾਫ ਚਾਹੁੰਦਾ ਵੀ ਮੇਰੇ ਬੱਚੇ ਨੂੰ ਵੀ ਜਿਹੜਾ ਇਹਨਾਂ ਨਾਲ ਹੋਇਆ ਇਹਦਾ ਕਿਸੇ ਹੋਰ ਨਾਲ ਨਾ ਹੋਏ ਜੀ, ਜੋ ਕਿ ਅੱਗੇ ਚੰਗਾ ਜਿਹੜਾ ਅੱਗੇ ਜਿਹੜੇ ਜਿਨ੍ਹਾਂ ਨੂੰ ਨਹੀਂ ਸਮਝ ਹੈਗੀ ਇਸ ਬਾਰੇ ਵੀ ਉਹ ਆ ਕੇ ਆਪਣੇ ਇਹਨਾਂ ਨੂੰ ਪਤਾ ਲੱਗੇ ਵੀ ਹੋਸਪਿਟਲ 'ਚ ਕਿਸ ਤਰ੍ਹਾਂ ਲਾਪਰਵਾਹੀ ਨਾਲ ਕੰਮ ਕਰਿਆ ਜਾਂਦਾ, ਅਤੇ ਆਪਣੇ ਬੱਚੇ ਦੀ ਜਾਂ ਇੱਥੇ ਆਉਣ ਨਾਲ ਜੋ ਬਾਰੇ ਬੱਚੇ ਦੀ ਜਾਨ ਬਚਾਉਣ ਵੀ ਇੱਥੇ ਨਾ ਆਉਣ, ਇਹਨਾਂ 'ਤੇ ਜੀ ਪਰਚਾ ਦਰਜ ਕੀਤਾ ਜਾਵੇ ਅਤੇ ਇਹਨਾਂ ਨੂੰ ਰਾਸਤੇ 'ਚ ਲਿਆ ਜਾਵੇ ਜੀ। ਬਸ ਅਸੀਂ ਇਹਨਾਂ ਕਹਿੰਦੇ ਜੀ ਇਹਨਾਂ ਲਾਇਸੈਂਸ ਕੈਂਸਲ ਹੋ ਜਾਏ ਜੀ, ਅਤੇ ਇਹਨਾਂ ਨੂੰ ਅੱਗੇ ਕੰਮ ਨਾ ਕਰਨ ਦਿੱਤਾ ਜਾਏ ਜੀ। ਇਹਨਾਂ ਜੀ ਰਾਤ ਬੱਚਾ ਡਿਲੀਵਰੀ ਕੇਸ ਸੀਗਾ ਜਿਹੜਾ 8:30 ਦੇ ਕਰੀਬ ਇੱਥੇ ਆਏ ਸੀਗੇ, ਇਹਨਾਂ ਚੈੱਕਅਪ ਕੀਤਾ ਉਸ ਟਾਈਮ, ਅਤੇ ਕਹਿੰਦੇ ਇੰਨੀ ਦੇਰ ਦਾ ਕੇਸ ਹੋ ਜੂਗਾ, ਲੇਕਿਨ 11:30 ਦੇ ਕਰੀਬ ਡਾਕਟਰ ਦੇ ਨਾ ਆਉਣ ਕਾਰਨ ਬੱਚੇ ਦੀ ਮੌਤ ਹੋ ਗਈ। ਜਿਹੜਾ ਇਹਦਾ ਸਟਾਫ ਸੀਗਾ ਉਹ ਇਹਨੂੰ ਅੱਗੇ ਪਿੱਛੇ ਲੜਕੀ ਨੂੰ ਲਈ ਫਿਰਾ, ਜਦੋਂ ਬੱਚੇ ਦਾ ਕੁਝ ਸਰੀਰ ਬਾਹਰ ਆ ਗਿਆ ਉਹਦੇ ਕਰਕੇ ਬੱਚੇ ਦੀ ਮੌਤ ਹੋ ਗਈ ਦਮ ਘੁੱਟਣ ਕਾਰਨ। ਜਿਹੜੇ ਇਸ ਹੋਸਪਿਟਲ ਦੇ MD ਜਾਂ MS ਜੋ ਵੀ ਡਾਕਟਰ ਹੈਗੇ ਆ ਜਿਹਦੀ ਲਾਪਰਵਾਹੀ ਕਰਕੇ ਬੱਚੇ ਦੀ ਮੌਤ ਹੋਈ, ਕਿਉਂਕਿ ਮੇਰੇ ਉਹਦੀ ਪਹਿਲਾਂ ਬਹਿਸ ਹੋ ਚੁੱਕੀ ਹੈ, ਉਹ ਬਹਿਸ ਕਰਕੇ ਗਈ ਉਲਟਾ ਸਾਨੂੰ ਡਰਾ ਧਮਕਾ ਕੇ। ਮੁਕੱਦਮਾ ਨੰਬਰ 120 ਅਤੇ ਉਹ ਜੁਰਮ ਲਾਇਆ ਹੋਇਆ 304A IPC ਮੈਨ ਇਸ ਸੰਜੀਵਨੀ ਹਸਪਤਾਲ ਅੰਕਿਤਾ ਜਸੂਜਾ। ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਕੇ ਬੈਲ ਆਈਕੋਨ ਕੋ ਦਬਾ ਦੇ।
ताकि हमारे हर एक नए वीडियो की जानकारी सबसे पहले आपको मिल सके। धन्यवाद।